ਪੌਣੇ 9 ਪਹਿਲਾਂ ਤਾਂ ਮੈਂ ਕਹੂੰਗੀ ਜੋ ਜਦੋਂ ਇਹ ਟਾਈਟਲ ਮੇਰੇ ਕੋਲ ਆਇਆ ਜਦੋਂ ਇਹ ਪ੍ਰੋਜੈਕਟ ਮੇਰੇ ਕੋਲ ਆਇਆ ਬਲਜੀਤ ਜੀ ਨੇ ਦੱਸਿਆ ਅਤੇ ਮੈਨੂੰ ਬਹੁਤ ਜਿੱਦਾਂ ਹੁਣ ਤੁਹਾਨੂੰ ਐਕਸਾਈਟਮੈਂਟ ਹੈ ਇੱਦਾਂ ਹੀ ਮੈਂ ਬਹੁਤ ਐਕਸਾਈਟਿਡ ਹੋ ਗਈ ਸੀ ਕਿਉਂਕਿ ਨਾਮ ਹੀ ਆਪਣੇ ਆਪ 'ਚ ਨਾ ਇੱਕ ਖਿੱਚ ਜਿਹੀ ਪਾਉਂਦਾ ਆ ਸੋ ਜਦੋਂ ਮੈਂ ਸਕ੍ਰਿਪਟ ਸੁਣੀ ਤਾਂ ਮੈਨੂੰ ਲੱਗਿਆ ਇਹ ਤਾਂ ਡਿਫਰੈਂਟ ਸਿਨੇਮਾ ਹੈ ਇਹ ਹਾਲੇ ਤੱਕ ਕਿਸੇ ਨੇ ਹਿੰਮਤ ਨਹੀਂ ਕੀਤੀ ਸਾਹਮਣੇ ਲਿਆਉਣ ਦੀ ਮੇਰਾ ਕਿਰਦਾਰ ਜੋ ਹੈ ਜੈਸਿਕਾ ਨਾਮ ਦਾ ਮੇਰਾ ਕੈਰੈਕਟਰ ਹੈ ਜੈਸਿਕਾ ਪਲੱਸ ਵਰਸ਼ਾ ਦੋ ਸ਼ੇਡਸ ਨੇ ਮੇਰੇ ਕਿਰਦਾਰ ਦੇ ਕਹਿੰਦੇ ਨਾ ਇੱਕ ਜੋ ਲੇਡੀ ਹੁੰਦੀ ਹੈ ਜਦੋਂ ਪਿਆਰ ਕਰਦੀ ਆ ਤਾਂ ਖੁੱਲ੍ਹ ਕੇ ਕਰਦੀ ਹੈ ਪਰ ਜਦੋਂ ਉਹ ਰਿਵੈਂਜ ਬਦਲਾ ਲੈਣ ਲਈ ਆਉਂਦੀ ਆ ਤਾਂ ਉਹ ਵੀ ਉਹ ਖੁੱਲ੍ਹ ਕੇ ਲੈਂਦੀ ਹੈ ਤਾਂ ਮੇਰਾ ਕਿਰਦਾਰ ਜੋ ਹੈ ਕੁਛ ਇਸ ਤਰ੍ਹਾਂ ਦਾ ਹੀ ਆ ਇਸ ਫਿਲਮ 'ਚ ਇੱਥੋਂ ਮੇਰੀ ਥੋੜ੍ਹੀ ਜਿਹੀ ਗ੍ਰੇ ਸ਼ੇਡ ਕੈਰੈਕਟਰ ਦੀ ਸ਼ੁਰੂਆਤ ਹੋਈ ਅਤੇ ਇਟ ਵਾਸ ਰਿਸਕੀ ਫੋਰ ਮੀ ਬਿਕੋਜ਼ ਕਹਿੰਦੇ ਨਾ ਆਪਣੀ ਸ਼ੈਲ ਤੋਂ ਤੁਹਾਨੂੰ ਥੋੜ੍ਹਾ ਜਿਹਾ ਬਾਹਰ ਆਉਣਾ ਪੈਂਦਾ ਹੈ ਵੈਨ ਯੂ ਵਾਂਟ ਟੂ ਪ੍ਰੋਵਾਈਡ ਸਮਥਿੰਗ ਡਿਫਰੈਂਟ ਐਂਡ ਵੈਨ ਯੂ ਐਕਚੁਅਲੀ ਵਾਂਟ ਟੂ ਗਰੋ ਇਨ ਲਾਈਫ ਗਲਤ ਲੋਕੇਸ਼ਨ ਤੇ ਪਹੁੰਚ ਗਏ ਸੀ ਕੀ ਗੱਲ ਪੌਣੇ ਨਾ ਮੇਰੇ ਤਰ੍ਹਾਂ ਸੀ ਕਹਿੰਦੇ ਕਹਿੰਦੇ ਨਾ ਪੌਣ ਮਾੜੀ ਹੁੰਦੀ ਆ ਕਿਉਂਕਿ ਪੌਣੇ 9 ਲਈ ਵੀ ਤੁਰੇ ਸੀ ਨਾ ਤਾਂ ਮੈਨੂੰ ਲੱਗਦਾ ਇਸ ਕਰਕੇ ਥੋੜ੍ਹੀ ਜਿਹੀ ਗੜਬੜ ਨਹੀਂ ਏਦਾਂ ਨਹੀਂ ਆ ਆਈ ਐਮ ਜਸਟ ਕਿਡਿੰਗ ਉਹ ਸਾਨੂੰ ਥੋੜ੍ਹਾ ਜਿਹਾ ਟ੍ਰੈਫਿਕ ਪੁਲਿਸ ਨੇ ਜਲਦੀ ਜਲਦੀ ਜਾ ਰਹੀ ਸੀ ਅਸੀਂ ਥੋੜ੍ਹਾ ਲੇਟ ਹੋ ਗਿਆ ਆਈ ਐਮ ਰੀਅਲੀ ਸੌਰੀ ਫੋਰ ਦੈਟ ਅੱਜ ਦੇ ਲਈ ਸੋ ਮੇਰਾ ਹਮੇਸ਼ਾ ਤੋਂ ਮੇਰੀ ਆਹੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਕੁਛ ਅਲੱਗ ਕੌਨਸੈਪਟ ਵਾਲੀ ਫਿਲਮਸ ਕਰਾਂ ਤਾਂ ਕਿ ਆਪਾਂ ਵੀ ਹਿੱਸਾ ਬਣ ਸਕੀਏ ਕੁਛ ਅਲੱਗ ਆਪਣੀ ਪੰਜਾਬੀ ਆਡੀਅੰਸ ਨੂੰ ਕੁਛ ਅਲੱਗ ਦੇਣ ਦਾ ਵੱਡੀ ਗੱਲ ਮੈਂ ਤੁਹਾਡੇ ਕੋਲ ਸ਼ੇਅਰ ਕਰ ਇਟ ਇਜ਼ ਅ ਵੈਰੀ ਫਨੀ ਇੰਸੀਡੈਂਟ ਦੋ ਕੀ ਹੋਇਆ ਮੈਂ ਮਟਨ ਕੱਟਣਾ ਸਿੱਖ ਲਿਆ ਬਿਕੋਜ਼ ਆਮ ਅ ਵੈਜੀਟੇਰੀਅਨ ਐਂਡ ਸੋਚੋ ਆਮ ਅ ਵੈਜੀਟੇਰੀਅਨ ਔਰ ਮੇਰੇ ਸਾਹਮਣੇ ਦੇਰ ਵਾਜ਼ ਅ ਸੀਨ ਵੇਅਰ ਉਹਨਾਂ ਨੇ ਇੰਨਾ ਮੇਰੇ ਸਾਹਮਣੇ ਨਾ ਮੀਟ ਪਤਾ ਨਹੀਂ ਮੇਟ ਸੀ ਮਟਨ ਸੀ ਆਈ ਡੋਂਟ ਵਾਟ ਵਾਜ਼ ਦੈਟ ਬਟ ਆਈ ਲਿਟਰਲੀ ਹੈਡ ਟੂ ਕੱਟ ਇਟ ਵੱਡੇ ਜੋ ਕਸਾਈਆਂ ਵਾਲਾ ਚੱਕ ਹੁੰਦਾ ਨਾ ਉਹਦੇ ਨਾਲ ਐਂਡ ਸੀਰੀਅਸਲੀ ਮੇਰੇ ਹੱਥ ਸ਼ਿਵਰ ਕਰ ਰਹੇ ਸੀ ਐਂਡ ਇਟ ਵਾਜ਼ ਸ਼ੋਇੰਗ ਔਨ ਸਕਰੀਨ ਬਿਕੋਜ਼ ਜਿਹਨੇ ਕਦੇ ਖਾਧਾ ਨਹੀਂ ਉਹਨੂੰ ਉਹ ਵੀ ਕੱਚਾ ਕੱਟਣਾ ਸੋ ਮਚ ਇਨ ਟੂ ਮਾਈ ਕੈਰੈਕਟਰ ਐਂਡ ਦੈਨ ਆਈ ਵਾਜ਼ ਲਾਈਕ ਕੱਟ 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 ਇਟ ਵਾਜ਼ ਐਕਚੁਅਲੀ ਅ ਹਾਰਟ ਅਟੈਕ ਫੋਰ ਮੀ ਬਟ ਯਾ ਆਹ ਚੀਜ਼ ਮੈਂ ਸਿੱਖੀ ਹੈ ਕਿ ਕਿਰਦਾਰ ਦੇ ਲਈ ਮਤਲਬ ਓਬਵੀਅਸਲੀ ਮੈਂ ਹਮੇਸ਼ਾ ਤੋਂ ਕਿਰਦਾਰ ਦੇ ਲਈ ਆਪਣੇ ਆਊਟ ਆਫ ਦਿਸ ਬੋਕਸ ਜਾ ਕੇ ਈਵਨ ਚਿੜੀਆਂ ਦਾ ਚੰਬਾ 'ਚ ਵੀ ਦਿਸ ਲੋਟ ਆਫ ਐਕਸ਼ਨ ਸਾਡੇ ਇੰਨੀਆਂ ਸੱਟਾਂ ਵੱਜੀਆਂ ਬਟ ਕਦੀ ਵੀ ਅਸੀਂ ਪਰਵਾਹ ਨਹੀਂ ਕੀਤੀ ਕੈਟ 'ਚ ਵੀ ਬਟ ਆਹ ਜੋ ਸੀਗਾ ਮੇਰੇ ਲਈ ਐਕਚੁਅਲੀ ਇਟ ਵਾਜ਼ ਵੈਰੀ ਡਿਫਿਕਲਟ ਸੀ ਜਾਨਵਰ ਨੂੰ ਕੱਟਣਾ ਪੈ ਰਿਹਾ ਮੈਨੂੰ ਤਾਂ ਵਿਚਾਰੇ ਬੱਕਰੇ ਦੀ ਆਤਮਾ ਦੀ ਆਵਾਜ਼ਾਂ ਸੁਣਾਈ ਦੇ ਕਿੰਨੇ ਦਿਨ ਰਾਤ ਨੂੰ ਵੱਜ ਆਈਆਂ ਆਈ ਵਾਜ਼ ਲਾਈਕ ਇਹ ਮੈਨੂੰ ਨਹੀਂ ਛੱਡੇਗਾ ਇਹ ਕਹੇਗਾ ਤੂੰ ਮੈਨੂੰ ਕੱਟਿਆ ਆ ਓ ਮਾਈ ਗੋਡ ਕਿਹੜਾ ਪਾਪ ਹੋ ਰਿਹਾ ਮੇਰੇ ਹੱਥੋਂ ਜ਼ਰੂਰ ਸਪੋਰਟ ਕਰਿਓ 28 ਜੁਲਾਈ ਨੂੰ ਡੋਂਟ ਫੋਰਗੇਟ ਟੂ ਵਾਚ ਪੌਣੇ 9 ਸਤਿ ਸ਼੍ਰੀ ਅਕਾਲ ਜੀ ਦੇਸੀ ਚੈਨਲ ਤੁਸੀਂ ਵੇਖ ਰਹੇ ਹੋ ਤੁਹਾਡੇ ਨਾਲ ਹਾਂ ਸਿਮਰਨ ਹਨ ਸੋ ਨੇਹਾ ਪਵਾਰ ਜੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਪੌਣੇ 9 ਫਿਲਮ ਉਹਨਾਂ ਦੀ ਆ ਰਹੀ ਹੈ ਉਸ ਰਿਲੇਟਡ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਤੁਸੀਂ ਦੱਸੋ ਬਹੁਤ ਹੀ ਵਧੀਆ ਤੁਸੀਂ ਦੱਸੋ ਮੈਂ ਤਾਂ ਬਹੁਤ ਵਧੀਆ ਆਈ ਐਮ ਵੈਰੀ ਐਕਸਾਈਟਡ ਅੱਛਾ ਗਲਤ ਲੋਕੇਸ਼ਨ ਤੇ ਪਹੁੰਚ ਗਏ ਸੀ ਕੀ ਗੱਲ ਪੌਣੇ 9 ਮੇਰੇ ਤਰ੍ਹਾਂ ਸੀ ਕਰੋ ਅਰੇ ਕਹਿੰਦੇ ਨਾ ਪੌਣ ਮਾੜੀ ਹੁੰਦੀ ਆ ਕਿਉਂਕਿ ਪੌਣੇ 9 ਲਈ ਹੀ ਤੁਰੇ ਸੀ ਨਾ ਤਾਂ ਮੈਨੂੰ ਲੱਗਦਾ ਇਸ ਕਰਕੇ ਥੋੜ੍ਹੀ ਜਿਹੀ ਗੜਬੜ ਨਹੀਂ ਏਦਾਂ ਨਹੀਂ ਆ ਆਈ ਐਮ ਜਸਟ ਕਿਡਿੰਗ ਉਹ ਸਾਨੂੰ ਥੋੜ੍ਹਾ ਜਿਹਾ ਟ੍ਰੈਫਿਕ ਪੁਲਿਸ ਨੇ ਜਲਦੀ ਜਲਦੀ ਜਾ ਰਹੀ ਸੀ ਅਸੀਂ ਥੋੜ੍ਹਾ ਲੇਟ ਹੋ ਗਏ ਆਈ ਐਮ ਰੀਅਲੀ ਸੌਰੀ ਫੋਰ ਦੈਟ ਅੱਜ ਦੇ ਲਈ ਜੀ ਸੋ ਫਿਲਮ ਦੇ ਵਿੱਚ ਤੁਸੀਂ ਕੰਮ ਕੀਤਾ ਹੈ ਕਿਵੇਂ ਦਾ ਕਿਰਦਾਰ ਹੈ ਔਰ ਕੀ ਆਬਜ਼ਰਵੇਸ਼ਨ ਰਹੀਆਂ ਉਸ ਕਿਰਦਾਰ ਲਈ ਕੀ ਖਾਸ ਹੈ ਉਹਦੇ ਵਿੱਚ ਪੌਣੇ 9 ਪਹਿਲਾਂ ਤਾਂ ਮੈਂ ਕਹੂੰਗੀ ਜੋ ਜਦੋਂ ਇਹ ਟਾਈਟਲ ਮੇਰੇ ਕੋਲ ਆਇਆ ਜਦੋਂ ਇਹ ਪ੍ਰੋਜੈਕਟ ਮੇਰੇ ਕੋਲ ਆਇਆ ਬਲਜੀਤ ਜੀ ਨੇ ਦੱਸਿਆ ਅਤੇ ਮੈਨੂੰ ਬਹੁਤ ਜਿੱਦਾਂ ਹੁਣ ਤੁਹਾਨੂੰ ਐਕਸਾਈਟਮੈਂਟ ਹੈ ਇੱਦਾਂ ਹੀ ਮੈਂ ਬਹੁਤ ਐਕਸਾਈਟਿਡ ਹੋ ਗਈ ਸੀ ਕਿਉਂਕਿ ਨਾਮ ਹੀ ਆਪਣੇ ਆਪ 'ਚ ਨਾ ਇੱਕ ਖਿੱਚ ਜਿਹੀ ਪਾਉਂਦਾ ਆ ਸੋ ਜਦੋਂ ਮੈਂ ਸਕ੍ਰਿਪਟ ਸੁਣੀ ਤਾਂ ਮੈਨੂੰ ਲੱਗਿਆ ਇਹ ਤਾਂ ਡਿਫਰੈਂਟ ਸਿਨੇਮਾ ਹੈ ਇਹ ਹਾਲੇ ਤੱਕ ਕਿਸੇ ਨੇ ਹਿੰਮਤ ਨਹੀਂ ਕੀਤੀ ਸਾਹਮਣੇ ਲਿਆਉਣ ਦੀ ਸੋ ਮੇਰਾ ਹਮੇਸ਼ਾ ਤੋਂ ਮੇਰੀ ਆਹੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਕੁਛ ਅਲੱਗ ਕੌਨਸੈਪਟ ਵਾਲੀ ਫਿਲਮਸ ਕਰਾਂ ਤਾਂ ਕਿ ਆਪਾਂ ਵੀ ਹਿੱਸਾ ਬਣ ਸਕੀਏ ਕੁਛ ਅਲੱਗ ਆਪਣੀ ਪੰਜਾਬੀ ਆਡੀਅੰਸ ਨੂੰ ਕੁਛ ਅਲੱਗ ਦੇਣ ਦਾ ਸੋ ਆਈ ਵਾਜ਼ ਵੈਰੀ ਐਕਸਾਈਟਿਡ ਫੋਰ ਦਾ ਕੈਰੈਕਟਰ ਐਂਡ ਦਾ ਕੌਨਸੈਪਟ ਜਦੋਂ ਸਰ ਨੇ ਮੈਨੂੰ ਸੁਣਾਇਆ ਮੇਰਾ ਕਿਰਦਾਰ ਜੋ ਹੈ ਜੈਸਿਕਾ ਨਾਮ ਦਾ ਮੇਰਾ ਕੈਰੈਕਟਰ ਹੈ ਜੈਸਿਕਾ ਪਲੱਸ ਵਰਸ਼ਾ ਦੋ ਸ਼ੇਡਸ ਨੇ ਮੇਰੇ ਕਿਰਦਾਰ ਦੇ ਸੋ ਇਹ ਕੁੜੀ ਕਹਿੰਦੇ ਨਾ ਇੱਕ ਜੋ ਲੇਡੀ ਹੁੰਦੀ ਹੈ ਜਦੋਂ ਪਿਆਰ ਕਰਦੀ ਆ ਤਾਂ ਖੁੱਲ੍ਹ ਕੇ ਕਰਦੀ ਆ ਪਰ ਜਦੋਂ ਉਹ ਰਿਵੈਂਜ ਬਦਲਾ ਲੈਣ ਲਈ ਆਉਂਦੀ ਆ ਤਾਂ ਉਹ ਵੀ ਉਹ ਖੁੱਲ੍ਹ ਕੇ ਲੈਂਦੀ ਆ ਤਾਂ ਮੇਰਾ ਕਿਰਦਾਰ ਜੋ ਹੈ ਕੁਛ ਇਸ ਤਰ੍ਹਾਂ ਦਾ ਹੀ ਆ ਇਸ ਫਿਲਮ 'ਚ ਕਿ ਕਿਵੇਂ ਜਦੋਂ ਤੁਸੀਂ ਪ੍ਰੋਮੋ 'ਚ ਵੀ ਦੇਖਿਆ ਹੋਣਾ ਹੈ ਉਹ ਕਹਿੰਦੀ ਆ ਕਿ ਇਹ ਤਾਂ ਕੁਛ ਵੀ ਨਹੀਂ ਮੈਂ ਤਾਂ ਚਾਹੁੰਦੀ ਹਾਂ ਕਿ ਤੂੰ ਹੋਰ ਸੋਚੇ ਤੈਨੂੰ ਹੋਰ ਤਕਲੀਫ ਹੋਵੇ ਸੋ ਉਹ ਪ੍ਰੋਮੋ ਅਸੀਂ ਹੁਣੇ ਰਿਲੀਜ਼ ਕੀਤਾ ਆ
ਸੋ ਇਸ ਤਰੀਕੇ ਦਾ ਹੀ ਮੇਰਾ ਕੁਝ ਕਿਰਦਾਰ ਹੈ। ਸੋ ਕਿਹੜੀ ਚੀਜ਼ ਹੈ ਜਿਹੜੀ ਸੈੱਟ ਤੋਂ ਤੁਸੀਂ ਸਿੱਖੀ ਹੈ, ਕਿਉਂਕਿ ਇੱਕ ਤਾਂ ਧੀਰਜ ਕੁਮਾਰ ਸੀ ਫਿਲਮ ਦੇ ਵਿੱਚ, ਸੈੱਟ ਤੋਂ ਕਿਹੜੀ ਚੀਜ਼ ਸਿੱਖ ਕੇ ਘਰ ਲੈ ਗਏ, ਕਿਉਂਕਿ ਇੱਕ ਤਾਂ ਫਿਲਮ ਦੇ ਵਿੱਚ ਕਿਰਦਾਰ ਹੀ ਇੰਨੇ ਵੱਖਰੇ ਨੇ ਔਰ ਕਹਾਣੀ ਇੰਨੀ ਵੱਖਰੀ ਹੈ ਕਿ ਕੁਛ ਨਾ ਕੁਛ ਸਾਨੂੰ ਪਰਸਨਲੀ ਵੀ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਕਹਾਣੀ 'ਚੋਂ। ਸੋ ਧੀਰਜ ਪਰਸਨਲੀ ਪ੍ਰੋਫੈਸ਼ਨਲੀ ਕੀ ਸਿੱਖਿਆ ਇਸ ਫਿਲਮ ਦੇ ਸੈੱਟ ਤੋਂ? ਦੇਖੋ ਮੈਂ ਕਹੂੰਗੀ ਕਿ ਹਰੇਕ ਫਿਲਮ ਤੋਂ ਤੁਸੀਂ ਕੁਛ ਨਾ ਕੁਛ ਲੈ ਕੇ ਹੀ ਜਾਂਦੇ ਹੋ, ਕਿਉਂਕਿ ਹਰੇਕ ਫਿਲਮ ਦਾ ਜੋ ਤੁਹਾਡਾ ਐਕਸਪੀਰੀਅੰਸ ਹੁੰਦਾ ਉਹ ਲਰਨਿੰਗ ਐਕਸਪੀਰੀਅੰਸ ਹੀ ਹੁੰਦਾ, ਭਾਵੇਂ ਉਹ ਪੰਜਾਬੀ ਹੋਵੇ, ਹਿੰਦੀ ਹੋਵੇ, ਸਾਊਥ ਦੀ ਹੋਵੇ, ਪੌਣੇ ਨੂੰ ਹੋਵੇ ਜਾਂ ਮੇਰੀ ਪੁਰਾਣੀ ਫਿਲਮਾਂ ਜੋ ਮੈਂ ਕੀਤੀਆਂ ਉਹ ਹੋਣ। ਇਸ ਫਿਲਮ ਤੋਂ ਮੈਂ ਇੱਕ ਜੋ ਸ਼ੇਡ ਜੋ ਸ਼ੁਰੂਆਤ ਕੀਤੀ ਸੀ ਕੈਟ, ਐਕਚੁਲੀ ਇਸ ਤੋਂ ਬਾਅਦ ਮੈਂ ਸ਼ੂਟ ਕੀਤੀ ਸੀ, ਇਹ ਪਹਿਲਾਂ ਸ਼ੂਟ ਹੋਈ ਸੀ ਕੈਟ ਤੋਂ। ਸੋ ਇੱਥੋਂ ਮੇਰੀ ਥੋੜ੍ਹੀ ਜਿਹੀ ਗ੍ਰੇ ਸ਼ੇਡ ਕੈਰੈਕਟਰ ਦੀ ਸ਼ੁਰੂਆਤ ਹੋਈ ਅਤੇ ਇਟ ਵਾਜ਼ ਰਿਸਕੀ ਫੋਰ ਮੀ, ਬਿਕੋਜ਼ ਕਹਿੰਦੇ ਨਾ ਆਪਣੇ ਸ਼ੈਲ ਤੋਂ ਤੁਹਾਨੂੰ ਥੋੜ੍ਹਾ ਜਿਹਾ ਬਾਹਰ ਆਉਣਾ ਪੈਂਦਾ ਹੈ ਵੈਨ ਯੂ ਵਾਂਟ ਟੂ ਪ੍ਰੋਵਾਈਡ ਸਮਥਿੰਗ ਡਿਫਰੈਂਟ ਐਂਡ ਵੈਨ ਯੂ ਐਕਚੁਲੀ ਵਾਂਟ ਟੂ ਗਰੋ ਇਨ ਲਾਈਫ। ਅਤੇ ਮੇਰਾ ਜੋ ਕਿਰਦਾਰ ਹੈ ਥੋੜ੍ਹਾ ਜਿਹਾ ਗ੍ਰੇ ਸ਼ੇਡ ਵੀ ਨਹੀਂ ਕਹੂੰਗੀ, ਕਿਉਂਕਿ ਇੱਕ ਕਿਰਦਾਰ ਦੇ ਵਿੱਚ, ਇੱਕ ਰੀਅਲ ਲਾਈਫ 'ਚ ਵੀ ਇੱਕ ਇਨਸਾਨ ਦੇ ਵਿੱਚ ਸਾਰੇ ਸ਼ੇਡਸ ਹੁੰਦੇ ਨੇ ਅਤੇ ਉਹੀ ਇਸ ਤਰੀਕੇ ਦਾ ਹੀ ਮੇਰਾ ਕਿਰਦਾਰ ਹੈ। ਤਾਂ ਆਹੀ ਕਿਰਦਾਰ ਨੂੰ ਕਿਸ ਤਰੀਕੇ ਨਾਲ ਪਲੇ ਕਰਨਾ ਆ, ਕਿੱਥੇ ਕੰਟਰੋਲ ਕਰਨਾ, ਮੈਂ ਬਹੁਤ ਚੀਜ਼ਾਂ ਸੈੱਟ ਤੋਂ ਸਿੱਖੀਆਂ। ਔਰ ਹਾਂ, ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਤੋਂ ਸ਼ੇਅਰ ਕਰ, ਇਟ ਇਜ਼ ਅ ਵੈਰੀ ਫਨੀ ਇੰਸੀਡੈਂਟ ਓ, ਕੀ ਹੋਇਆ ਮੈਂ ਮਟਨ ਕੱਟਣਾ ਸਿੱਖ ਲਿਆ ਬਿਕੋਜ਼ ਆਮ ਅ ਵੈਜੀਟੇਰੀਅਨ ਐਂਡ ਸੋਚੋ ਆਮ ਅ ਵੈਜੀਟੇਰੀਅਨ ਔਰ ਮੇਰੇ ਸਾਹਮਣੇ ਦੇਰ ਵਾਜ਼ ਅ ਸੀਨ ਵੇਅਰ ਉਹਨਾਂ ਨੇ ਇੰਨਾ ਮੇਰੇ ਸਾਹਮਣੇ ਨਾ ਮੀਟ, ਪਤਾ ਨਹੀਂ ਮੀਟ ਸੀ ਮਟਨ ਸੀ, ਆਈ ਡੋਂਟ ਵਾਟ ਵਾਜ਼ ਦੈਟ, ਬਟ ਆਈ ਲਿਟਰਲੀ ਹੈਡ ਟੂ ਕੱਟ ਇਟ, ਵੱਡੇ ਜੋ ਕਸਾਈਆਂ ਵਾਲਾ ਚਾਕੂ ਹੁੰਦਾ ਨਾ ਉਹਦੇ ਨਾਲ, ਐਂਡ ਸੀਰੀਅਸਲੀ ਮੇਰੇ ਹੱਥ ਸ਼ਿਵਰ ਕਰ ਰਹੇ ਸੀ ਐਂਡ ਇਟ ਵਾਜ਼ ਸ਼ੋਇੰਗ ਔਨ ਸਕਰੀਨ ਬਿਕੋਜ਼ ਜਿਹਨੇ ਕਦੇ ਖਾਧਾ ਨਹੀਂ ਉਹਨੂੰ ਵੀ ਕੱਚਾ ਕੱਟਣਾ ਸਿਖਾਉਂਦੇ ਨਾ ਤਾਂ ਵੀ ਕੱਚਾ ਨਹੀਂ ਦੇਖਦੇ ਹੁੰਦੇ ਵੀ ਨਹੀਂ। ਆਹੀ ਆਹ ਮੈਨੂੰ ਸਿੱਖਣ ਨੂੰ ਮਿਲਿਆ ਹੁਣ ਕਿ ਜਦੋਂ ਤੁਸੀਂ ਕੁਛ ਪਲੇ ਕਰਦੇ ਹੋ ਨਾ ਕੈਰੈਕਟਰ ਤੇ ਆਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਤੁਸੀਂ ਇਗਨੋਰ ਕਰ ਸਕਦੇ। ਜਦੋਂ ਸਰ ਨੇ ਮੈਨੂੰ ਕਿਹਾ ਨਾ ਤੁਹਾਡੇ ਹੱਥ ਸ਼ਿਵਰ ਕਰ ਰਿਹਾ ਐਂਡ ਦੈਨ ਆਈ ਗੋਟ ਟੂ ਨੋ ਕਿ ਗੁਰਨਾਮ ਜੋ ਸਾਡੇ ਘਰ ਜੋ ਸਾਡੀ ਫਿਲਮ 'ਚ ਸੋਰੀ ਕੈਰੈਕਟਰ ਪਲੇ ਕਰ ਰਿਹਾ ਉਹਨਾਂ ਨੇ ਤਾਂ ਉਹ ਖਾਧਾ ਵੀ ਮੀਨਜ਼ ਜੈਮ। ਸੋ ਉਹਨਾਂ ਦੇ ਘਰ ਤਾਂ ਕਹਿੰਦੇ ਲਸਣ ਪਿਆਜ਼ ਵੀ ਉਹਨੂੰ ਨਹੀਂ ਖਾਂਦੇ ਐਂਡ ਇਫ ਯੂ ਕੁਡ ਈਟ ਇਟ ਤਾਂ ਮੈਨੂੰ ਤਾਂ ਸਿਰਫ ਉਹਨੂੰ ਕੱਟਣਾ ਹੀ ਸੀ। ਜਦ ਮੈਨੂੰ ਪਤਾ ਲੱਗਿਆ ਸੋ ਆਈ ਸੋ ਮਚ ਇਨ ਟੂ ਮਾਈ ਕੈਰੈਕਟਰ ਐਂਡ ਦੈਨ ਆਈ ਵਾਜ਼ ਲਾਈਕ ਕੱਟ 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 ਕੱਟ, ਇਟ ਵਾਜ਼ ਐਕਚੁਅਲੀ ਅ ਹਾਰਟ ਅਟੈਕ ਫੋਰ ਮੀ ਬਟ ਯਾ ਆਹ ਚੀਜ਼ ਮੈਂ ਸਿੱਖੀ ਹੈ ਕਿ ਕਿਰਦਾਰ ਦੇ ਲਈ, ਮਤਲਬ ਓਬਵੀਅਸਲੀ ਮੈਂ ਹਮੇਸ਼ਾ ਤੋਂ ਕਿਰਦਾਰ ਦੇ ਲਈ ਆਪਣੇ ਆਊਟ ਆਫ ਦਿਸ ਬੋਕਸ ਜਾ ਕੇ, ਈਵਨ ਚਿੜੀਆਂ ਦਾ ਚੰਬਾ 'ਚ ਵੀ ਦਿਸ ਇਜ਼ ਲੋਟ ਆਫ ਐਕਸ਼ਨ, ਸਾਡੇ ਇੰਨੀਆਂ ਸੱਟਾਂ ਵੱਜੀਆਂ ਬਟ ਕਦੀ ਵੀ ਅਸੀਂ ਪਰਵਾਹ ਨਹੀਂ ਕੀਤੀ ਕੈਟ 'ਚ ਵੀ, ਬਟ ਆਹ ਜੋ ਸੀਗਾ ਮੇਰੇ ਲਈ ਐਕਚੁਅਲੀ ਇਟ ਵਾਜ਼ ਵੈਰੀ ਡਿਫੀਕਲਟ, ਬਟ ਹਾਂ ਉਹ ਚੀਜ਼ ਕ੍ਰੋਸ ਕਰ ਲੈਂਦੇ ਹੋ ਨਾ ਤੁਸੀਂ ਫਿਰ ਤੁਹਾਨੂੰ ਹੁਣ ਈਜ਼ੀ ਹੋ ਜਾਂਦਾ। ਬਿਲਕੁਲ, ਜਿੰਨਾ ਕੰਫਰਟ ਜ਼ੋਨ ਤੋਂ ਬਾਹਰ ਜਾਵਾਂਗੇ ਉਨਾ ਹੀ ਗਰੋ ਕਰਾਂਗੇ। ਆਈ ਹੈਵ ਸੀਨ, ਮਤਲਬ ਮੈਂ ਉਹਦਾ ਚਿੜੀਆਂ ਦਾ ਚੰਬਾ ਦਾ ਟੀਜ਼ਰ ਦੇਖਿਆ ਨਾ ਤੇ ਮੈਨੂੰ ਲਿਟਰਲੀ ਲੱਗਿਆ, ਮੈਂ ਕਿਹਾ ਯਾਰ ਕਹਿ ਦਿੰਦੇ ਆ ਵਿਮਨ ਓਰੀਐਂਟਡ ਫਿਲਮਾਂ ਪਰ ਆਉਂਦੀਆਂ ਨਹੀਂ, ਬਟ ਮੈਨੂੰ ਇਹ ਲੱਗਦਾ ਆ ਵੀ ਜਿਵੇਂ ਸਟਾਰ ਕਾਸਟ ਪੜੀਏ ਕੁੜੀਆਂ ਦਾ ਹੀ ਨਾਮ ਆ, ਹੈ ਨਾ, ਤੇ ਜਿਵੇਂ ਉਹ ਦਿਖਾਇਆ ਜਾ ਰਿਹਾ ਡਾਇਲੋਗ ਸਪੈਸ਼ਲੀ ਜਿਹੜਾ ਟੀਜ਼ਰ ਦੇ ਵਿੱਚ ਵੀ ਆਇਆ ਕੁੜੀਆਂ ਵਾਸਤੇ, ਹੈ ਨਾ, ਵੀ ਹਲੇ ਤਾਂ ਖੰਭ ਹੀ ਖਿਲਾ ਰਹੇ ਨੇ ਤਾਂ ਇੰਨਾ ਰੌਲਾ ਪੈ ਗਿਆ, ਜੋ ਉੱਡਾਂਗੇ ਤਾਂ ਕੀ ਹੋਊਗਾ। ਸੋ ਮੈਨੂੰ ਉਹ ਪਰਸਨਲੀ ਬਹੁਤ ਚੰਗਾ ਲੱਗਿਆ। ਤੁਹਾਡੇ ਲਈ ਉਹ ਫਿਲਮ ਆਫਰ ਹੋਣਾ, ਉਹਦੇ 'ਚ ਕੰਮ ਕਰਨਾ ਕਿੱਦਾਂ ਦੀ ਫੀਲਿੰਗ ਸੀ ਔਰ ਕਿਵੇਂ ਉਹ ਫਿਲਮ ਤੁਹਾਨੂੰ ਮਿਲੀ? ਮੈਂ ਇਸ ਬਾਰੇ ਦੇਖੋ ਹਾਲੇ ਤਾਂ ਬਹੁਤ ਜ਼ਿਆਦਾ ਕੁਛ ਗੱਲ ਨਹੀਂ ਕਰਨਾ ਚਾਹੁੰਦੀ ਬਿਕੋਜ਼ ਮੈਂ ਹਾਲੇ ਪੌਣੇ ਨੌ ਦੀ ਪ੍ਰਮੋਸ਼ਨ 'ਚ ਹਾਂ, ਉਹਦੇ ਵੀ ਪ੍ਰਮੋਸ਼ਨ ਸਾਡੇ, ਫਿਰ ਮੈਂ ਜ਼ਿਆਦਾ ਤੁਹਾਡੇ ਨਾਲ ਇਸ ਬਾਰੇ ਗੱਲ ਕਰੂੰਗੀ ਜਦੋਂ ਹੁਣ ਸਾਡੇ ਔਨ ਗਰਾਊਂਡ ਪ੍ਰਮੋਸ਼ਨ ਸਟਾਰਟ ਹੋ ਜਾਣਗੇ, ਓਬਵੀਅਸਲੀ ਅਸੀਂ ਦੁਬਾਰਾ ਥੋੜ੍ਹੇ ਦਿਨਾਂ 'ਚ ਮਿਲਣਾ ਆ। ਬਟ ਹਾਂ, ਉਹ ਫਿਲਮ ਮੈਨੂੰ ਪ੍ਰੇਮ ਜੀ ਨੇ ਔਫਰ ਕੀਤੀ, ਪ੍ਰੇਮ ਐਜ਼ ਯੂ ਨੋ ਹੀ ਇਜ਼ ਅ ਕ੍ਰੀਏਟਿਵ ਬਾਏ, ਹੈ ਨਾ, ਪ੍ਰੇਮ ਜੀ ਮਤਲਬ ਬਹੁਤ ਹੀ ਸੋਹਣਾ ਖੂਬਸੂਰਤ ਪ੍ਰੋਜੈਕਟਸ ਬਣਾਉਂਦੇ ਨੇ ਅਤੇ ਉਹਨਾਂ ਦੀ ਹਰ ਚੀਜ਼ ਈਵਨ ਇੱਕ ਵੀ ਸ਼ਾਰਟ 'ਚ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਅਤੇ ਇਹੀ ਬਸ ਮੈਂ ਹਾਲੇ ਕਹਿਣਾ ਚਾਹੂੰਗੀ। ਬਹੁਤ ਸੋਹਣਾ ਕੋਨਸੈਪਟ ਹੈ, ਇਸ ਬਾਰੇ ਆਪਾਂ ਤਾਂ ਗੱਲ ਕਰਾਂਗੇ ਜਦੋਂ ਆਪਣੀ ਚਿੜੀਆਂ ਦਾ ਚੰਬਾ ਦਾ ਟੌਪਿਕ ਆਊਗਾ। ਕਿਹੜਾ ਤੁਸੀਂ ਦੱਸਿਆ ਮਟਨ ਕੱਟਣ ਵਾਲਾ ਸੀਨ ਤੁਹਾਡੇ ਲਈ ਬਹੁਤ ਚੈਲੰਜਿੰਗ ਸੀਗਾ, ਕਿਹੜਾ ਸੀਨ ਇੱਦਾਂ ਦਾ ਸੀਗਾ ਜਿਹਦੇ ਤੇ ਸਭ ਤੋਂ ਵੱਧ ਰੀਟੇਕਸ ਹੋਏ ਸੀਗੇ? ਦੇਖੋ ਰੀਟੇਕਸ ਤਾਂ ਐਸੇ ਹੋਏ ਨਹੀਂ, ਬਸ ਮਟਨ ਕੱਟਣ ਵਾਲੀ ਸੀਨ ਦਾ ਹੋਇਆ ਸੀ ਇੱਕ ਦੋ ਵਾਰ ਰੀਟੇਕ, ਬਿਕੋਜ਼ ਓਬਵੀਅਸਲੀ ਯਾਰ ਪ੍ਰੈਕਟੀਕਲੀ ਤੁਹਾਨੂੰ ਮਤਲਬ ਕਿਸੇ ਚੀਜ਼ ਨੂੰ ਯੂ ਨੋ
ਕੋਈ ਆਏ ਹਾਏ ਕਿਸੇ ਜਾਨਵਰ ਨੂੰ ਕੱਟਣਾ ਪੈ ਰਿਹਾ ਮੈਨੂੰ ਤਾਂ ਵਿਚਾਰੇ ਬੱਕਰੇ ਦੀ ਆਤਮਾ ਦੀ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ ਕਿੰਨੇ ਦਿਨ ਰਾਤ ਨੂੰ ਵੱਜ ਆਈਆਂ I was like ਇਹ ਮੈਨੂੰ ਨਹੀਂ ਛੱਡੇਗਾ ਇਹ ਕਹੇਗਾ ਤੂੰ ਮੈਨੂੰ ਕੱਟਿਆ ਆ ਓ ਮਾਈ ਗॉड ਕਿਹੜਾ ਪਾਪ ਹੋ ਰਿਹਾ ਮੇਰੇ ਹੱਥੋਂ ਬਾਕੀ ਰੀਡਿੰਗਸ ਦਾ ਕੋਈ ਇੰਨਾ ਰੌਲਾ ਨਹੀਂ ਸੀਗਾ ਬਿਕੋਜ਼ ਬਹੁਤ ਅਸੀਂ ਨਰੇਸ਼ਨ ਅਸੀਂ ਬਹੁਤ ਵਾਰ ਲਈ ਆ ਬਿਕੋਜ਼ ਪਹਿਲੀ ਨਰੇਸ਼ਨ ਦੇ ਵਿੱਚ ਸਾਨੂੰ ਸਕ੍ਰਿਪਟ ਕਲੀਅਰ ਨਹੀਂ ਹੋਈ ਸੀ ਪਰ ਦੋ ਤਿੰਨ ਵਾਰ ਸਾਨੂੰ ਕਿਉਂਕਿ ਸਕ੍ਰਿਪਟ ਹੀ ਬਹੁਤ ਆਪਣੇ ਆਪ 'ਚ ਨਾ ਅਲੱਗ ਜਿਹੀ ਸੀਗੀ ਅਤੇ ਕਿਰਦਾਰ ਅਲੱਗ ਸੀ ਅਤੇ ਸਾਨੂੰ ਨਾ ਸਮਝਣਾ ਸਟਾਰਟਿੰਗ 'ਚ ਮੁਸ਼ਕਿਲ ਸੀ ਬਟ ਬਲਜੀਤ ਜੀ ਮੈਂ ਕਹੂੰਗੀ ਉਹ ਬਹੁਤ ਹੀ ਗੋਟ ਲੋਟ ਆਫ ਪੇਸ਼ੈਂਸ ਅਸੀਂ ਜਿੰਨੀ ਵਾਰ ਉਹਨਾਂ ਨੂੰ ਤੰਗ ਕੀਤਾ ਉੱਨੀ ਵਾਰ ਉਹਨਾਂ ਨੇ ਸਮਾਈਲ ਕਰਕੇ ਸਾਨੂੰ ਕਿਰਦਾਰ ਦੇ ਬਾਰੇ ਦੱਸਿਆ ਐਂਡ ਆਹੀ ਚੀਜ਼ ਹੁੰਦੀ ਹੈ ਜਦੋਂ ਕਹਿੰਦੇ ਨਾ ਡਾਇਰੈਕਟਰ ਔਰ ਐਕਟਰ ਜਦੋਂ ਦਾ ਉਹ ਮਿਲ ਜਾਂਦਾ ਹੈ ਮਾਈਂਡ ਤੇ ਚੀਜ਼ਾਂ ਬਹੁਤ ਖੂਬਸੂਰਤ ਨਿਕਲ ਕੇ ਆਉਂਦੀਆਂ ਫਿਰ ਤੁਹਾਨੂੰ ਕਦੀ ਪ੍ਰੋਬਲਮ ਨਹੀਂ ਕੀ ਕਹਿਣਾ ਚਾਹੋਗੇ 28 ਜੁਲਾਈ ਨੂੰ ਫਿਲਮ ਸਿਨੇਮਾ ਘਰਾਂ 'ਚ ਆ ਰਹੀ ਹੈ ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ 28 ਜੁਲਾਈ ਨੂੰ 9:15 ਰਿਲੀਜ਼ ਹੋ ਰਹੀ ਹੈ ਅਤੇ ਇਹ ਬਹੁਤ ਹੀ ਅਲੱਗ ਇੱਕ ਸਿਨੇਮਾ ਅਸੀਂ ਕੋਸ਼ਿਸ਼ ਕੀਤੀ ਹੈ ਬਣਾਉਣ ਦੀ ਹਰੇਕ ਦੀ ਹਿੰਮਤ ਨਹੀਂ ਹੁੰਦੀ ਇਸ ਤਰੀਕੇ ਦੇ ਪ੍ਰੋਜੈਕਟ 'ਤੇ ਪੈਸੇ ਲਾਉਣ ਦੀ ਸਾਡੇ ਪ੍ਰੋਡਿਊਸਰ ਸਾਹਿਬ ਨੇ ਇਹ ਹਿੰਮਤ ਕੀਤੀ ਇਸ ਤਰੀਕੇ ਦੇ ਸਿਨੇਮਾ ਨੂੰ ਸਪੋਰਟ ਕਰਨ ਦੀ ਅਤੇ ਤੁਸੀਂ ਵੀ ਅਲੱਗ ਸਿਨੇਮਾ ਨੂੰ ਇੰਟੈਲੀਜੈਂਟ ਸਿਨੇਮਾ ਨੂੰ ਸਪੋਰਟ ਕਰੋ ਅਤੇ ਆਪਣੇ ਕਮੈਂਟਸ ਆਪਣੇ ਰਿਵਿਊਜ਼ ਸਾਨੂੰ ਪਰਸਨਲੀ ਸਾਨੂੰ ਇੰਸਟਾਗ੍ਰਾਮ 'ਤੇ ਜਾਂ ਸਾਡੇ ਯੂਟਿਊਬ 'ਤੇ ਤੁਸੀਂ ਦਿਓ ਅਤੇ ਜ਼ਰੂਰ ਸਪੋਰਟ ਕਰਿਓ 28 ਜੁਲਾਈ ਨੂੰ ਡੋਂਟ ਫੋਰਗੈਟ ਟੂ ਵਾਚ ਪੌਂਡ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ